ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 6 ਜੂਨ ਨੂੰ ਸੰਤਾਂ ਦੇ ਪੁਤਲੇ ਸਾੜਨ ਵਾਲਿਆਂ ਦੇ ਨਾਮ, ਇਹ ਸੰਦੇਸ਼ ਅਤੇ ਤਾੜਨਾ ਗੌਰ ਫਰਮਾਉਣਾ ਜੀ। ਹਰ ਇਨਸਾਨ ਦਾ ਵੱਖਰਾ ਘਰ ਹੈ, ਸਭ ਦਾ ਵੱਖ ਟਿਕਾਣਾ। ਕਿਸੇ ਬਣਾ ਲਿਆ ਨਵਾਂ ਦੁਬਾਰਾ, ਕਿਸੇ ਦਾ ਰਿਹਾ ਪੁਰਾਣਾ। ਦੋਵੇਂ ਘਰ ਨੂੰ ਪਿਆਰ ਨੇ ਕਰਦੇ, ਸਭ ਨੂੰ ਛੱਤ ਪਿਆਰੀ। ਭਾਵੇਂ ਰਾਜਾ ਭੋਜ ਹੋਵੇ ਕੋਈ, ਭਾਵੇਂ ਹੋਵੇ ਭਿਖਾਰੀ। ਇਸੇ ਤਰ੍ਹਾਂ ਇਹ ਦੇਸ਼ ਹੁੰਦੇ ਨੇ ਵੱਡੇ ਘਰ ਤੇ ਡੇਰੇ, ਜਿਨ੍ਹਾਂ ਵਿੱਚ ਨੇ ਚੱਲਦੇ ਰਹਿੰਦੇ ਸਦਾ ਹੀ ਝਗੜੇ ਝੇੜੇ। ਸਿੱਖ ਕੌਮ ਦਾ ਵੱਖਰਾ ਰਾਜ ਸੀ, ਦੇਸ਼ ਪੰਜਾਬ ਸੀ ਸਾਡਾ। ਡੋਗਰਿਆਂ ਨੇ ਕਰ ਗਦਾਰੀ, ਅੰਦਰੋਂ ਅੰਦਰੀ ਖਾਧਾ। ਵਿੱਚ 47 ਟੁਕੜੇ ਕਰਕੇ ਕਤਲ ਪੰਜਾਬ ਦਾ ਕੀਤਾ। ਕਿਉਂਕਿ ਕੌਮ ਮੇਰੀ ਦਾ ਆਗੂ ਹੋ ਗਿਆ ਸੀ ਬਦਨੀਤਾ, ਕਿਉਂਕਿ ਕੌਮ ਮੇਰੀ ਦਾ ਆਗੂ ਹੋ ਗਿਆ ਸੀ ਬਦਨੀਤਾ। ਪੱਕੇ ਤੌਰ 'ਤੇ ਖਤਮ ਕਰਨ ਲਈ ਵਰਤਿਆ ਗਿਆ ਹਰ ਹੀਲਾ। ਸਿੱਖ ਕੌਮ ਦਾ ਘਰ ਹੋ ਗਿਆ ਇਸ ਵਿੱਚ ਤੀਲਾ ਤੀਲਾ। 1984 ਦੇ ਵਿੱਚ ਕੀਤਾ ਗਿਆ ਜੋ ਕਾਰਾ, ਸਿੱਖ ਕੌਮ ਹੈ ਮਨ ਦੀ ਉਸਨੂੰ ਤੀਜਾ ਘੱਲੂ ਘਾਰਾ। ਸਿੱਖ ਕੌਮ ਹੈ ਮਨ ਦੀ ਉਸਨੂੰ ਤੀਜਾ ਘੱਲੂ ਘਾਰਾ। ਗੁਰਧਾਮਾਂ ਦੀ ਰਾਖੀ ਬਦਲੇ ਜਾਨ, ਜਿਨ੍ਹਾਂ ਨੇ ਵਾਰੀ ਉਹਨਾਂ ਦਾ ਸਤਿਕਾਰ ਹੈ ਕਰਦੀ। ਸਿੱਖ ਕੌਮ ਇਹ ਸਾਰੀ ਸਾਡੇ ਲਈ ਮਹਾਨ ਪੁਰਸ਼ ਨੇ, ਸੰਤ ਭਿੰਡਰਾਂ ਵਾਲੇ, ਜਿਨ੍ਹਾਂ ਕੋਲ ਫਰਿਆਦੀ ਹੁੰਦੇ ਸੀ ਆ ਆ ਕੇ ਲਾਲੇ। ਅੱਜ ਵੀ ਤੁਹਾਡੀਆਂ ਇਸਤਰੀਆਂ ਦੀਆਂ ਵੀਡੀਓ ਜਾਰੀ ਹੋਈਆਂ, ਸਿੱਖ ਕੌਮ ਦੇ ਅੱਗੇ ਆ ਕੇ ਨੇ ਫਰਿਆਦੀ ਹੋਈਆਂ। ਮਰਦਾਂ ਦੇ ਜੇ ਪੁੱਤਰ ਹੋ ਤਾਂ ਉੱਥੇ ਡਾਹੋ ਛਾਤੀ, ਬਾਂਦਰਾਂ ਵਾਂਗੂ ਕਰੋ ਸ਼ਰਾਰਤ, ਲਾਉਂਦੇ ਫਿਰੋ ਚਵਾਤੀ। ਦੁਨੀਆਂ ਦੇ ਵਿੱਚ ਜਿੰਨੇ ਸਿੱਖ ਨੇ ਬਹੁਤੇ ਖਾਲਿਸਤਾਨੀ, ਉਹਨਾਂ ਵਿੱਚੋਂ 10ਵਾਂ ਹਿੱਸਾ ਯਾਦ ਕਰਾ ਦਿਓ ਨਾਨੀ, ਉਹਨਾਂ ਵਿੱਚੋਂ 10ਵਾਂ ਹਿੱਸਾ ਯਾਦ ਕਰਾ ਦਿਓ ਨਾਨੀ। ਸਾਡੇ ਲਈ ਕੋਈ ਨਵੀਂ ਗੱਲ ਨਹੀਂ, ਘੋੜਿਆਂ ਉੱਤੇ ਸੌਣਾ, ਘਰ ਘਾਟ ਨੂੰ ਛੱਡ ਕੇ ਪਿਆਜ਼ ਜੰਗਲਾਂ ਦੇ ਵਿੱਚ ਭਾਉਣਾ। ਇੱਕ ਨੰਬਰ ਦੇ ਸ਼ਹਿਰੀ ਬਣ ਕੇ ਅਸੀਂ ਤਾਂ ਚਾਹੀਏ ਰਹਿਣਾ, ਇੱਕ ਨੰਬਰ ਦੇ ਸ਼ਹਿਰੀ ਬਣ ਕੇ ਅਸੀਂ ਤਾਂ ਚਾਹੀਏ ਰਹਿਣਾ। ਨਹੀਂ ਤਾਂ ਅਸੀਂ ਆਜ਼ਾਦ ਪਰਿੰਦੇ ਰਾਜ ਆਪਣਾ ਲੈਣਾ। ਹੋ ਸਕਦਾ ਹੈ ਇਸ ਲਿਖਤ ਦਾ ਹੋ ਜਾਵੇ ਹੁਣ ਪਰਚਾ, ਸਿੱਧੀ ਪੱਧਰੀ ਗੱਲ ਕਰਨ ਦਾ ਹੋ ਜਾਵੇਗਾ ਚਰਚਾ। ਪਰ ਇੱਕ ਗੱਲ ਤੁਸੀਂ ਯਾਦ ਰੱਖਿਓ ਬਾਂਦਰ ਸੈਨਾ ਵਾਲਿਓ, ਪਰ ਇੱਕ ਗੱਲ ਤੁਸੀਂ ਯਾਦ ਰੱਖਿਓ, ਸਾਡੇ ਲਈ ਜੋ ਮਿਹਣਾ ਅਸੀਂ ਆਪਣੇ ਸ਼ਹੀਦਾਂ ਤਾਂ ਹੀ ਮਾੜਾ ਕਹਿ ਨਹੀਂ ਦੇਣਾ। ਤੁਸੀਂ ਵਸੋ ਨਾਲ ਮੌਜ ਦੇ, ਮਾਣੋ ਇਹ ਆਜ਼ਾਦੀ। ਅਸੀਂ ਆਪਣਾ ਆਪ ਸੋਚਣਾ ਇਹ ਸਿਰਦਰਦੀ ਸਾਡੀ, ਅਸੀਂ ਆਪਣਾ ਆਪ ਸੋਚਣਾ ਇਹ ਸਿਰਦਰਦੀ ਸਾਡੀ। 6 ਜੂਨ ਨੂੰ ਲਾਚਵਾਤੀ, ਮਾਹੌਲ ਨਾ ਐਵੇਂ ਵਿਗਾੜੋ। 6 ਜੂਨ ਨੂੰ ਲਾਚਵਾਤੀ, ਮਾਹੌਲ ਨਾ ਐਵੇਂ ਵਿਗਾੜੋ। ਸਿੱਖਾਂ ਦੇ ਸਿਰ ਭਾਜੀ ਚਾੜੋ ਨਾ ਦਿੱਲੀ ਦਿਓ ਯਾਰੋ, ਸਿੱਖਾਂ ਦੇ ਸਿਰ ਭਾਜੀ ਚਾੜੋ ਨਾ ਦਿੱਲੀ ਦਿਓ ਯਾਰੋ। ਇਹ ਦਿੱਲੀ ਦੇ ਯਾਰਾਂ ਨੂੰ ਜਿਹੜੇ ਹਰ 6 ਜੂਨ ਨੂੰ ਆਪਣੀ ਡਫਲੀ ਵਜਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ, ਅਤੇ ਖਾਲਿਸਤਾਨ ਦੇ ਨਾਮ ਦੇ ਉੱਤੇ ਸਮੁੱਚੀ ਸਿੱਖ ਕੌਮ ਨੂੰ ਗਾਲਾਂ ਕੱਢਦੇ ਆ, ਬੁਰਾ ਭਲਾ ਬੋਲਦੇ ਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਾੜਾ ਕਹਿੰਦੇ ਆ, ਉਹਨਾਂ ਨੂੰ ਇੱਕ ਸੰਦੇਸ਼ ਅਤੇ ਇੱਕ ਤਾੜਨਾ ਹੈ। ਸੋ ਆਵਾਜ਼ ਭਾਈ ਗੁਰਸੇਵਕ ਸਿੰਘ ਪੱਧਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।